ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਜੋ ਆਪਣੀ ਵਿਚਾਰ ਹੈ ਉਹ ਹੈ ਕਿ ਘਰ 'ਚ ਕਲੇਸ਼ ਰਹਿੰਦਾ, 20 ਦਿਨ ਆਹ ਪਾਠ ਦਾ ਜਾਪ ਕਰੋ, ਇੱਦਾਂ ਕਰੋ ਅਤੇ ਫਿਰ ਦੇਖਿਓ ਘਰ 'ਚੋਂ ਕਲੇਸ਼ ਦੂਰ ਹੋਜੂ। ਜੇ ਪਾਠ 'ਚ ਮਨ ਨਹੀਂ ਲੱਗਦਾ ਤਾਂ ਮਨ ਵੀ ਲੱਗੂਗਾ। ਸੋ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ, ਧੰਨ ਗੁਰੂ ਰਾਮਦਾਸ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਨਾਲ ਹੀ ਬੈੱਲ ਆਈਕਨ ਭਾਵ ਘੰਟੀ ਨੂੰ ਦਬਾ ਲਓ, ਜਿਸ ਨਾਲ ਸਾਡੀ ਹਰ ਨਵੀਂ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਜਾਵੇਗੀ। ਲਾਈਕ ਕਮੈਂਟ ਕਰਕੇ ਆਪਣਾ ਪਿਆਰ ਅਤੇ ਆਸ਼ੀਰਵਾਦ ਜ਼ਰੂਰ ਦਿਓ। ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ, ਤਾਂ ਜੋ ਹੋਰ ਸੰਗਤਾਂ ਦਾ ਵੀ ਭਲਾ ਹੋ ਸਕੇ। ਜੇ ਕੋਈ ਵਿਸ਼ਵਾਸ ਰੱਖ ਕੇ ਇਹ ਜਾਪ ਕਰ ਲਵੇ ਨਾ ਤਾਂ ਪਾਰ ਉਤਾਰਾ ਹੋ ਜਾਣਾ। 9 ਨਿੱਧੀਆਂ 18 ਸਿੱਧੀਆਂ ਉਹਦੇ ਚਰਨਾਂ 'ਚ ਆ ਕੇ ਡਿੱਗ ਪੈਣਗੀਆਂ। ਜੇ ਕੋਈ ਵਿਸ਼ਵਾਸ ਰੱਖ ਕੇ ਕਰੇ, ਭਰੋਸਾ ਕਰ ਲਵੇ, ਭਰੋਸਾ ਕਰ ਲਵੇ ਬਸ। 9 ਨਿੱਧੀਆਂ 18 ਸਿੱਧੀਆਂ ਤਾਂ ਛੱਡੋ, ਜੇ ਪਰਮਾਤਮਾ ਮਿਹਰਬਾਨ ਹੋ ਗਿਆ ਨਾ ਤਾਂ ਸਾਰਾ ਕੁਝ ਹੀ ਉਹਨੇ ਆ ਕੇ ਚਰਨਾਂ ਦੇ ਵਿੱਚ ਧਰ ਦੇਣਾ। ਗੁਰੂ ਪਿਆਰਿਓ, ਦੇਖੋ ਭਰੋਸਾ ਇੱਕ ਬਹੁਤ ਵੱਡੀ ਚੀਜ਼ ਹੁੰਦੀ ਹੈ। ਦੇਖੋ ਆਪਾਂ ਆਪਣੀ ਭੈਣ ਦਾ ਧੀ ਦਾ ਰਿਸ਼ਤਾ ਕਰਦੇ ਹਾਂ, ਕਿਤੇ ਜਾ ਕੇ ਬਾਹਰ ਘਰ ਬਾਰ ਦੇਣੇ ਹਾਂ, ਉਹ ਆਪਾਂ ਨੂੰ ਦੱਸਦੇ ਆ ਵੀ ਇੰਨੀ ਜ਼ਮੀਨ ਹੈ, ਆਹ ਕੁਝ ਹੈ, ਅਤੇ ਆਪਾਂ ਭਰੋਸਾ ਕਰ ਲੈਂਦੇ, ਆਪਣਾ ਭਰੋਸਾ ਵੱਜ ਜਾ। ਉੱਥੇ ਆਪਾਂ ਨੂੰ ਭਰੋਸਾ ਦਵਾਇਆ ਜਾਂਦਾ ਕਿ ਮੁੰਡਾ ਕੋਈ ਨਸ਼ਾ ਪੱਤਾ ਨਹੀਂ ਕਰਦਾ, ਮੁੰਡਾ ਬੜਾ ਸਾਊ ਹੈ, ਮੁੰਡਾ ਬੜਾ ਕੰਮ ਕਰਦਾ, ਮੁੰਡੇ ਦੀ ਜੀਵਨ ਸ਼ੈਲੀ ਬਹੁਤ ਵਧੀਆ, ਅਤੇ ਵੇਖੋ ਆਪਾਂ ਉਸ ਉੱਪਰ ਭਰੋਸਾ ਹੀ ਕਰਦੇ ਹਾਂ ਨਾ ਫਿਰ। ਅਤੇ ਸਾਧ ਸੰਗਤ ਜੀ, ਭਰੋਸੇ ਦੇ ਉੱਪਰ ਹੀ ਦੁਨੀਆ ਚੱਲ ਰਹੀ ਹੈ। ਕੋਈ ਬੰਦਾ ਕਹਿ ਰਿਹਾ ਮੇਰੇ ਕੋਲ ਇੰਨੀ ਪ੍ਰੋਪਰਟੀ ਹੈ, ਆਪਾਂ ਯਕੀਨ ਕਰ ਲੈਂਦੇ। ਕੋਈ ਬੰਦਾ ਕਹਿੰਦਾ ਮੈਂ ਇੰਨਾ ਪੜ੍ਹਿਆ ਲਿਖਿਆ, ਆਪਾਂ ਯਕੀਨ ਕਰ ਲੈਂਦੇ ਹਾਂ। ਕੋਈ ਕਹਿੰਦਾ ਮੈਂ ਫਲਾਨਾ ਅਫਸਰ ਲੱਗਿਆ, ਆਪਾਂ ਯਕੀਨ ਕਰ ਲੈਂਦੇ ਹਾਂ। ਮੰਨਦੇ ਹਾਂ ਕਿ ਨਹੀਂ ਮੰਨਦੇ? ਕੋਈ ਬੰਦਾ ਕਹਿੰਦਾ ਵੀ ਅੱਜ ਤੱਕ ਮੈਂ ਭਾਈ ਕੋਈ ਨਸ਼ਾ ਨਹੀਂ ਕੀਤਾ, ਅਤੇ ਆਪਾਂ ਭਰੋਸਾ ਹੀ ਕਰ ਲੈਂਦੇ ਹਾਂ। ਕੋਈ ਵੇਖਿਆ ਨਹੀਂ ਵੇਖਿਆ ਆਪਾਂ, ਪਰ ਬਸ ਉਹਨੇ ਕਹਿਤਾ ਵੀ ਮੈਂ ਨਹੀਂ ਕਰਦਾ, ਅਤੇ ਆਪਾਂ ਮੰਨ ਲਿਆ ਵੀ ਨਹੀਂ ਕਰਦਾ ਹੁਣ। ਭਰੋਸਾ ਤਾਂ ਹੀ ਤਾਂ ਮੈਂ ਕਹਿ ਰਿਹਾ ਇੱਕ ਬਹੁਤ ਵੱਡੀ ਚੀਜ਼ ਹੈ। ਜੇ ਭਰੋਸਾ ਟੁੱਟ ਜੇ, ਭਰੋਸੇ ਵਾਲੀ ਤੰਦ ਟੁੱਟ ਜਾਵੇ ਨਾ, ਫਿਰ ਇਹ ਦੁਬਾਰੇ ਜੁੜਦੀ ਨਹੀਂ। ਭਰੋਸਾ ਇੱਕ ਵਾਰੀ ਟੁੱਟ ਜਾਵੇ ਫਿਰ ਦੁਬਾਰੇ ਵੱਜਦਾ ਨਹੀਂ। ਭਰੋਸਾ ਬਹੁਤ ਤਕੜੀ ਚੀਜ਼ ਹੈ। ਜੇ ਕੋਈ ਤੁਹਾਡੇ 'ਤੇ ਭਰੋਸਾ ਕਰਦਾ ਤਾਂ ਉਹਦਾ ਕਦੀ ਮਨ ਨਾ ਤੋੜਿਓ, ਉਹਦਾ ਕਦੀ ਭਰੋਸਾ ਨਾ ਤੋੜਿਓ। ਜੇ ਕਿਸੇ ਦਾ ਭਰੋਸਾ ਤੋੜਤਾ, ਮਨ ਤੋੜਤਾ, ਤਾਂ ਸਮਝ ਲਿਓ ਰੱਬ ਦਾ ਦਿਲ ਤੋੜਤਾ ਤੁਸੀਂ। ਸੋ ਸਾਧ ਸੰਗਤ ਜੀ, ਭਰੋਸੇ ਦੇ ਉੱਪਰ ਹੀ ਦੁਨੀਆ ਰੁੜਦੀ ਹੈ, ਭਰੋਸੇ ਦੇ ਨਾਲ ਹੀ ਪਰਮਾਤਮਾ 'ਤੇ ਵਿਸ਼ਵਾਸ ਵੱਜਦਾ, ਭਰੋਸਾ ਵੱਜਦਾ, ਪਰਮਾਤਮਾ ਨਾਲ ਭਰੋਸੇ ਦਾ ਹੀ ਰਿਸ਼ਤਾ ਬਣਦਾ। ਬੜੇ ਕਹਿੰਦੇ ਨੇ ਜੀ ਘਰ 'ਚੋਂ ਕਲੇਸ਼ ਨਹੀਂ ਨਿਕਲਦਾ, ਅਤੇ ਮੈਂ ਕਹਿੰਦਾ ਹੁੰਦਾ ਜਾਪ ਕਰੋ। ਕਹਿੰਦੇ ਜਾਪ ਹੁੰਦਾ ਨਹੀਂ, ਜਾਪ 'ਚ ਮਨ ਨਹੀਂ ਲੱਗਦਾ ਉਹ, ਅਤੇ ਕਮਲਿਓ ਉਹ ਜਾਪ ਕਰੋਗੇ ਤਾਂ ਫਿਰ ਹੀ ਕਲੇਸ਼ ਨਿਕਲੂ। ਕਹਿੰਦੇ ਘਰ 'ਚ ਕਲੇਸ਼ ਹੈ, ਕਲੇਸ਼ ਹੁੰਦਾ ਰਹਿੰਦਾ, ਕਿਵੇਂ ਜਾਪ ਕਰੀਏ? ਜਾਪ ਤਾਂ ਕਰਨਾ ਹੀ ਪੈਣਾ ਨਾ, ਫਿਰ ਹੀ ਕਲੇਸ਼ ਨਿਕਲੂਗਾ। ਬਾਣੀ ਪੜ੍ਹੋਗੇ ਅਖੇ ਮਨ ਨਹੀਂ ਟਿਕਦਾ, ਅਤੇ ਮਨ ਫਿਰ ਹੀ ਟਿਕੂਗਾ ਜੇ ਬਾਣੀ ਪੜ੍ਹੋਗੇ, ਜਾਪ ਕਰੋਗੇ। ਜਾਪ ਕਰਨ ਦੇ ਨਾਲ ਹੀ ਤਾਂ ਮਨ ਟਿਕੇਗਾ, ਜਾਪ ਕਰਨ ਦੇ ਨਾਲ ਹੀ ਤਾਂ ਘਰ 'ਚੋਂ ਕਲੇਸ਼ ਜਾਵੇਗਾ। ਕਹਿੰਦੇ ਮਨ ਨਹੀਂ ਲੱਗਦਾ। ਉਹ ਪਿਆਰਿਆ ਪਹਿਲਾਂ ਮਨ ਹੀ 'ਤੇ ਲਾਉਣਾ, ਮਨ ਹੀ 'ਤੇ ਲੱਗਦਾ ਨਹੀਂ। ਜੇ ਮਨ ਹੀ ਲੱਗ ਜਾਂਦਾ, ਮਨ ਹੀ ਜੁੜ ਜੇ, ਤਾਂ ਫਿਰ ਗੱਲਾਂ ਹੀ ਕਾਹਦੀਆਂ ਸੀ। ਜਿਨ੍ਹਾਂ ਨੇ ਇਹ ਨੁਸਖੇ ਅਪਣਾਏ ਨੇ ਉਹਨਾਂ ਨੂੰ ਪਤਾ ਇਸ ਗੱਲ ਦਾ, ਪਰ ਪਤਾ ਨਹੀਂ ਕਿਉਂ ਮਾਇਆ ਦਾ ਇੰਨਾ ਪ੍ਰਭਾਵ ਸਾਰਿਆਂ 'ਤੇ ਪਿਆ ਹੋਇਆ। ਬਾਣੀ ਕਹਿੰਦੀ ਮਾਇਆ ਮਮਤਾ ਮੋਹਣੀ ਜਿਨ ਵਿਣ ਦੰਤਾਂ ਜਗ ਖਾਇਆ, ਮਨ ਮੁਖ ਖਾਦੇ ਗੁਰਮੁਖ ਉਭਰੇ, ਜਿਨੀ ਸੱਚ ਨਾਮ ਚਿਤ ਲਾਇਆ। ਮਾਇਆ ਮਮਤਾ ਮੋਹਣੀ ਜਿਨ ਵਿਣ ਦੰਤਾਂ ਜਗ ਖਾਇਆ। ਕਹਿੰਦੇ ਪਰ ਮਾਇਆ ਦਾ ਪ੍ਰਭਾਵ ਹੀ ਇੰਨਾ ਕਿ ਨਾਮ ਜਪਣੀ ਨਹੀਂ ਦਿੰਦੀ ਮਾਇਆ। ਮਾਇਆ ਦਾ ਇੰਨਾ ਪ੍ਰਭਾਵ ਹੈ ਨਾ, ਪੁੱਛੋ ਪੁੱਛੋ। ਇਸ ਲਈ ਮਾਇਆ ਤੋਂ ਬਚਣਾ ਹੈ ਤਾਂ ਜਪਣਾ ਤਪਣਾ, ਜਪੋ, ਜ਼ੋਰ ਲਾਓ, ਜਪੋ, ਨਹੀਂ ਤਾਂ ਕਹਿੰਦੇ ਮਾਇਆ ਨੇ ਸੰਸਾਰ ਨੂੰ ਸਮੂਲਚਾ ਨਿਗਲ ਲਿਆ। ਕਹਿੰਦੇ ਸਮੂਲਚਾ ਕਿਵੇਂ? ਬਿਨਾਂ ਦੰਦਾਂ ਤੋਂ, ਬਿਨਾਂ ਕੱਟ ਵੱਢ ਤੋਂ। ਕਹਿੰਦੇ ਇਹ ਮਾਇਆ ਖਾ ਰਹੀ ਹੈ, ਮਾਇਆ ਹੋਈ ਨਾਗਣੀ,
जगत रही लपटाए जो इसकी सेवा करे तिस ही को फिर खाए। माया तो खा गई सारे संसार नू पाई। माया ममता मोहनी जिन विण दंता जग खाया, विण दंता तो जग नू खा गई ये माया पाई। ये माया दिखदी नहीं, ये माया का कोई रूप नहीं है। माया कोई कोई बंदे का रूप धार के नहीं आती। ते माया कली पैसों नू नहीं कहिंदे। धियां पुत्र नाल जे बहुत ही प्रेम पालिया ते वह भी माया का रूप है समझ लो। जे तू घर नाल ही बहुता प्रेम पाई बैठा है, घर नाल ही घर घर करता रहना सारा दिन, तो कहिंदे ये भी घर तेरा माया रूप हो गया। सारा दिन जमीन जमीन मेरी जमीन मेरा खेत मेरी खेती मेरी फसल सारा दिन मेरी मेरी करदा है, तो कहिंदे ये भी गल माड़ी है। ये की हो गया फिर? कहिंदे ये भी माया का रूप हो गया। जे उदा मिल गया कोई, मैं प्रधान है, मैं सरपंच है, मैं MLA है, तो कहिंदे जे इस गल का माण हो गया कि सारा दिन भी मैं वड्डा मेरा सत्कार करो, मैनू ससरी काल बुलाओ, तो समझ लो कहिंदे ये भी बहुत वड्डा प्रभाव पै गया है। साध संगत जी, इसलिए माया ना ये खा गई सारे जग। कहिंदे मन मुख खाधे, मन मुख बंदिया नू माया खा जाती है। मन मुख खाधे गुरमुख उभरे जिन्नी सच नाम चित लाया, सच्चे नाम नाल जिन्ना ने चित लाया वो बच गए, तो मन मुखा नू माया खा गई। गुरमुख उभरे वह कहें उग पेंदे ने वह बच जाते जिन्नी सच नाम चित लाया। ला लो भाई चित, जे लाई ला तो नहीं तो कलेश जाने नहीं फिर घर चो, तुम जो मर्जी कर लियो। ता ही तो मैं बेनती करना ये गल्लां जो तुम पहली बार सुनते हो ना तो तुहानू यकीन जा नहीं हुंदा, तुहानू उपरियां जिहां लगदियां, ये गल्लां भैड़ियां जिहां लगदियां, तुहाडे ये गल्लां समझ तो बाहर हो जांदियां इह, ते ना ही असीं सुणियां कदे ते ना ही असीं कदे सुणाईयां। इसलिए ध्यान नाल सुणो, ये गल्लां बहुत कम दियां गल्लां, ये तंत वालियां गल्लां, इन्हां गल्लां च दम बहुत है। आख्या करो नानक की प्रभ बेनती अपनी भगती लाए, फिरत फिरत प्रभ आया, फिरद्या फिरद्या नू कई जन्म हो गए, 84 लख जोन उपाई, 84 लख जूना तो बाद मसां मसां ये जन्म मिलिया। भई प्राप्त मानुख दे होरिया, गोबिंद मिलन की है तेरी भरिया, अवर काज तेरा कितै ना काम मिल, साध संगत भाज केवल नाम। मसां बारी मिली है ते ये मनुखा जीवन अपना सफल कर लै। जदों भी रात नू सौना है ना, सौन तो पहला 21 बार मूल मंत्र दा जाप करिया करो। केड़ा? एक ओंकार सतनाम करता पुरख निर्भउ निर्वैर अकाल मूरत अजूनी सह भंगुर प्रसाद जप आद सच जुगाद सच है भी सच नानक होसी भी सच। सौन तो पहला 21 बार जाप ते तड़के उठ के फिर 21 वारे दा जाप करियो, घर चो कलेश दूर हो जू। वाहेगुरु वाहेगुरु ये सिमरन तुसी वैसे भी करदे रहा करो, ते साध संगत जी ये घर चो कलेश मिट जाना है, ये नाले मनुखा जीवन सफला हो जू। आप तरै सगले कुल तारे हर दरगाह पत सो जाएगा, नाले बंदा आप तर जाता है, नाले उदी कुल भी तर जाती है। सो साध संगत जी इन्नी कु बेनती प्रवान करियो, बुलाओ फतेह, आखो वाहेगुरु जी का खालसा वाहेगुरु जी की फतेह।